ਮਰਾਠੀ ਨਾਹੀਆਂ ਇਸਕੇ ਲਗ ਜੀ ਵਕਤ ਸੁਸਤੀ ਬਣ ਰਹੀ ਹੈ ਪਰਮਾਤਮਾ ਨੇ ਤੁਮ ਚਲੋ ਬੁੰਡਾ ਬਣਾਇ ਦਿਆ। ਇੱਕ ਵਾਰ ਕੀ ਹੋਇਆ ਯੂ ਤਾਈ ਦੇ ਪੇਟ ਮੇ ਥਾ ਯੇ ਕੋ ਬੇ ਤਾਈ ਚਲੀ ਗਈ ਆਪਣਾ ਹਸਪਤਾਲ ਮੇ ਹਾਂ ਤਾਈ ਜਾ ਕੇ ਬੋਲੀ ਡਾਕਟਰ ਮੰਤਰਾ ਸਾਊਂਡ ਕਰਦਿਓ ਹਾਂ ਬਾਬੂ ਰਾਠ ਮਾਈ ਥੇ ਪਹਿਲਾ ਬਾਲਕ ਮੈਨੂੰ ਹੋਇਆ ਕਰਦੇ ਲੁਗਾਈਆ ਕਦੂਰ ਕੀ ਆਪ ਦੇ ਬੇਲ ਉਤਰੇ ਅੱਜ ਦਾ ਟੇਮ ਰਹਿ ਗਈ ਇੱਕ ਇੱਕ ਬਣਾਵੇ ਅਰ ਬਈ ਪੀਣੇ ਕੀ ਸੁਣ ਲਿਓ ਔਰ ਯੂ ਵੀ ਤੀਨ ਦਿਨ ਪਹਿਲਾਂ ਸੁਆ ਲਾ ਕੇ ਤਿਆਰ ਕਰਿਆ ਥਾ ਯੂ ਟੀਣਾ ਘਰਾਂ ਚ ਲਿਆ ਗਿਆ ਆਪਣੇ ਬਾਪੂ ਤੇ ਜਾਂਦੇ ਬੋਲਿਆ ਬਾਬੂ ਇਹ ਮੈਂ ਜਵਾਨ ਹੋ ਗਿਆ ਹੂੰ ਠੱਟਾ ਹੋ ਗਿਆ ਹੂੰ ਅਰ ਮੈਂ ਉਪਾਇ ਤਲਾਜਾ ਕਰਨੀ ਮੈਨੂੰ ਕਿੰਨੇ ਖਾਣ ਨੇ ਦੇ ਇਕਾ ਬਾਪੂ ਨੂੰ ਬੋਲਿਆ ਬਾਈ ਕਰਾ ਡੇਢ ਇੱਕ ਬੋਰੀ ਨਾਸ ਰਾਜ ਆਈ ਉਲਟੇ ਪਾਸੇ ਸਾਰਾ ਕੁਨ ਬਲਬਾਇਤ ਕਰਿਆ ਕਰੇਗਾ ਠੀਕ ਹੈ ਆ ਯਾਰ ਤੂੰ ਕੁੱਕਰ ਘੁੰਮ ਰਿਹਾ ਹੈ ਯਾਰ ਘੁੰਮ ਕੇ ਰਹੇ ਕਿਵੇਂ ਦੇਖ ਤੰਨਾ ਬੇਰੋਹਣਿਆ ਜੇ ਤੂੰ ਲਾਂਦਾ ਹੀ ਘੂਟ ਘੂਟ ਮਾਰੇ ਹੈ ਹੋਰ ਕੇ ਮਾਰੇ ਹੈ ਮੈਂ ਭਗਤ ਵੀ ਕਰਦਾ ਹਾਂ ਅੱਛਾ ਰਹਿ ਮਗਰ ਤੂੰ ਤਾਂ ਮੈਂ ਕਸੂਤਾ ਕਿਸੇ ਕੇ ਬਾਏ ਦੁਖਾ ਖਾਸੀ ਤਾਪ ਸੇ ਵਾਕੇ ਮੇ ਦਿੱਕਤ ਹੋ ਨਿਆ ਹਾਂ ਮਨੇ ਬਤਾ ਦਿਓ ਇਸੀ ਦਵਾਈ ਦੇ ਦੂੰਗਾ ਭਾਈ ਸਾਹਿਬੇ ਐਸੀ ਦਵਾਈ ਦੇ ਦੂੰਗਾ ਕਸੂਤੀ ਜ਼ਮਾਨ ਨੂੰ ਯਾਦੇ ਰੱਖੋ ਜੇ ਹੋਰ ਹੋਰ ਸੁਪਨੇ ਮੇ ਵੀ ਸੱਤਾ ਦੇਖੇਗਾ ਯਾਰ ਕੋਈ ਦਿੱਕਤ ਵਾਲੀ ਬਾਤ ਨਹੀਂ ਕਿਹਨੇ ਦਾ ਕਿਸੇ ਦਾ ਕਿਵੇਂ ਦਿੱਕਤ ਹੋ ਤੋ ਬਤਾ ਸਕੇ ਹਾਂ ਮੈਂ ਲਗਾੜੇ ਖੜਿਆ ਵਾਰੀ ਹੈ ਸੁਰਜਨ ਕੀ ਬਹੂ ਬਲਾਉਂ ਕੇ ਬਲਾ ਨੇ ਮੇਰੇ ਅਰੇ ਆ ਗਿਆ ਦੀ ਆਈਏ ਤਾਈ ਮੇਰੇ ਗਾਤਮਾ ਚੀਸ ਮਾਰਿਆ ਅੱਛਾ ਦੇਖੀ ਤਾਈ ਕਦੇ ਤੇਰਾ ਕੈਂਸਰ ਹੋ ਕਦੇ ਮਤਰਾ ਕੈਂਸਰ ਹੋ ਮੋਦੀ ਨੇ ਕਟਵਾ ਦਿਏ ਅੱਛਾ ਪੈਨਸ਼ਨ ਮੋਦੀ ਨੇ ਕਟਵਾ ਦੀ ਨਾ ਇੱਕ ਕਦੂ ਬੋਟ ਤੇ ਕਾਂਗਰਸ ਕੀ ਅਰੇ ਪਾਰਾ ਤੋ ਸੁਭਾਸ਼ ਗੰਗੋਲੀ ਹੈ ਨਾ ਹੈ ਦੇਖ ਇਸ ਕੀ ਬੋਟ ਤੇ ਤੂੰ ਪੈਨਸ਼ਨ ਕੀ ਬਾਤ ਕਹਿ ਹੈ ਮੋਜ ਕਰਤੇ ਗਾ ਹਲਕਾ ਮੈਂ ਮੋਜ ਇਹ ਤਾਂ ਪੱਕੀ ਹੈ ਸਾਰ ਤੇਰ ਔਰ ਕਿਵੇਂ ਸਮੇਸ਼ਾ ਦਵਾ ਮੈਨੇ ਬਤਾ ਔਰ ਔਰ ਕੇ ਬਤਾਉਂ ਲੱਗ ਤੇ ਔਰ ਤਬੀਅਤ ਵੀ ਖਰਾਬ ਹੋ ਰਹੀ ਮੇਰੀ ਤੋ ਅੱਛਾ ਤਬੀਅਤ ਹਾਂ ਔਰ ਔਰ ਕਿੰਨੇ ਤਕਲੀਫ ਗਾਤ ਮਤ ਸਸ ਮਾਰਾ ਹੈ ਅੱਛਾ ਔਰ ਅੱਛਾ 10-15 ਸਾਲ ਹੈ ਲਈ ਨਾ ਮੇਰੇ ਪਾ ਛੋਰਾ ਨਾ ਕੋਈ ਤਾਕਤ ਨਹੀਂ ਬਾਲਾ ਕੁਛ ਨਹੀਂ ਅੱਛਾ ਬਾਲਕ ਵੀ ਕੋਈ ਨਾ ਤੇਰੇ ਪੇ ਤੋ ਨਾ ਹੋ ਸਕਤਾ ਹੈ ਕੋਈ ਦਿੱਕਤ ਨਹੀਂ ਮੈਂ ਵੀ ਬਾਲਕ ਹੋਣ ਕੀ ਦਵਾਈ ਮੈਂ ਦੂੰਗਾ ਔਰ ਛੋਰੇ ਕੀ ਗਾਰੰਟੀ ਅੱਛਾ ਭਗਤ ਜੋ ਕਹਦੇ ਹੈ ਓਏ ਹੋ ਜਿਆ ਹੈ ਮੇਰਾ ਕਿਨਿਆ ਛੋਰਾ ਮੰਗੇ ਹੈ ਕਹੇ ਤੇ ਕਿ ਤੂੰ ਪਾਗਲ ਹੋ ਰਿਹਾ ਜੇ ਯਾਰੇ ਕਮੀਨੇ ਮੰਦਾ ਕੋਈ ਨਾ ਬੀਚ ਮੇ ਬੋਲ ਲੇਗਾ ਸਾਰੀ ਉਮਰ ਕਾ ਇਸਕਾ ਕਾਮ ਹੈ ਬੀਚ ਮੇ ਬੋਲ ਲਾਇਂਗਾ ਓ ਜਾ ਰੋ ਨੋ ਨਹੀਂ ਮਾਰਾ ਤੋ ਓਰੇ ਓਏ ਤਾਈ ਤੂੰ ਇਹਨੇ ਛੋੜ ਦੇ ਧੋਖੇ ਤੇ ਲੱਗੀ ਕਿ ਅਮਰੀ ਤੋ ਤੂੰ ਭਾਬੀ ਹੈ ਜਮਾਈ ਤੋ ਅੱਛਾ ਸਾਲ ਛੋਟੀ ਮੇਰੇ ਤੋ ਪਿਆ ਓਰੇ ਨੂੰ ਕਰੇ ਭਾਬੀ ਬਾਲਕ ਹੋ ਜਾਏਗਾ ਪਿੱਛੇ ਲਾ ਕੇ ਦੇ 5000 ਰੁਪਏ ਹੈ ਪਿੱਛੇ ਲੱਗਣਗੇ 5000 ਪਾ ਦੋ ਹਾਂ 5000 ਦੇਖ ਲਵ ਸੱਤੇ ਮੈਂ ਤਾਂ 1000 ਰੁਪਏ ਪੜੇ ਲਈ ਆ ਨਾ ਤਾਈ ਪਿੱਛੇ ਪੂਰੇ ਦੇਣੇ ਪੜੇਗੇ ਦੇਖ ਇਸ ਕੀ ਮਾਂ 800 ਰੁਪਏ ਕਮਦੀ ਹੈ ਦੇਖ ਕੇ ਮੁੰਡਾ ਹੋ ਰਿਹਾ ਹੈ ਭਾਈ ਪਿੱਛੇ ਪੂਰੇ ਦੀ ਇੱਕ ਦੇ ਫਿਰ ਕੱਲ ਲੱਗ ਹੋਇਆ ਅਕ ਮੇਰਾ ਤਾਂ ਕਾਇਕ ਤੇ ਕਾਣਾ ਹਰ ਮੇਰੇ ਦਾ ਕਾਨ ਕੋਨੇ ਹਰ ਮੇਰੇ ਦਾ ਟਾਂਗ ਕੋਨੇ ਰਾਤ ਕੋਨੇ ਹੋ ਸਕਤੇ ਥੋੜੇ ਥੋੜੇ ਕਰ ਕਦੇ ਦੇਂਗੀ ਦੇਖ ਫੇ ਤਾਈ ਛੋਰਾ ਵੀ ਥੋੜਾ ਥੋੜਾ ਕਰ ਕੋ ਹੋਏਗਾ ਕਿਸੇ ਲੂੰਗਾ ਪੂਰੇ ਮੈਂ ਕੱਜਾ ਕਹਦੇ ਹੈ ਓਏ ਹੋ ਜਿਆ ਹੈ ਤੂੰ ਮਾਂ ਜਾ ਚਿਣੇ ਵਿੱਚ ਮਨਾ ਬੋਲਾ ਸੋਚੇ ਭਾਈ ਯਾ ਮੈਂ ਮੰਤਰ ਪੜੂੰਗਾ ਇਹ ਮੇਰੇ ਦਾ ਮੰਤਰ ਤੇਰੇ ਕੰਨ ਸਿਰ ਕੇ ਨੇ ਮੁਸ਼ਕਲ ਹੋ ਜਾਏਗੀ
ਪਿਸਤਾ ਦੂਰਾ ਲੈਂਦਾ ਰਹੇ ਓਏ ਬਾਤਰੀ ਨਾ ਤੂੰ 1000 ਦੇ ਹੈ 1000 ਦੇ ਲੈ ਯੂ ਲੈ 1000 ਦਾ ਨੋਟ ਓਹੋ 1000 ਦੇ ਨੋਟ ਬੰਦਾ ਇਹ ਬੜੀਆ ਬੇਇੱਜ਼ਤੀ ਕਰਾ ਹੋ ਗਈ ਕਿ ਓ ਮੰਨਾ ਕੇ ਪਤਾ ਫਿਰ ਬੰਦ ਕਰ ਜਾਖਿਆ ਆ ਨੋਟਾ ਹੀ ਕਾ ਕੋਨ ਪਤਾ ਉਹ ਤੋਂ ਗਾਂ ਨੂੰ ਇੰਦਰ ਵੀ ਕਿਤੇ ਕੋਈ ਸਿੰਚੂਣ ਕੀ ਸੁਣ ਦਿਓ ਪਹਿਲਾ ਤਾਂ 1000 ਕਦੇ ਜਾਣੇ ਨਹੀਂ ਨਹੀਂ ਭਾਈ ਕਿਤਨਾ ਮੁੰਡਾ ਕੰਮ ਹੋਇਆ ਕਰੇ ਇਨ ਕਮਰੇ ਭਾਈਓ ਇਹ ਵਾਲਾ ਮਰਕਤ ਪਜ਼ਾਰੀਆਂ ਦੁਆਨ ਮੋਤ ਪੇ ਸਾਰਾ ਦਿਨ ਉਹਨੇ ਰੋਵਰ ਰਮਾਵੇਂ ਔਰ ਉੱਠਦੀ ਹਾਲ ਨੂੰ ਕਹੇ ਦੇ ਰਵੇ ਕੁਛ ਨਹੀਂ ਸ਼ਹਿਰ ਤੋਂ ਜਮਾ ਦੋ ਪਿੱਛੇ ਖਿਚਾ ਨਹੀਂ ਬਣਾ ਰਿਹਾ ਕੀ ਦੀ ਇਹ ਕਰੀ ਮੇਰਾ ਲੱਗਦਾ ਨਾ ਸੱਤੇ ਮੇਰੇ ਘਰ ਆਂ ਜਿੱਤਨ ਤੂੰ ਦਕਾ ਗੋਲ ਕਾ ਪੈ ਦੂੰ ਮੈਂ ਠੀਕ ਹੈ ਭਾਈ ਕੋਈ ਵੀ ਕਿਤਨੀ ਤੇਰੀ ਸਮੱਸਿਆ ਦਾ ਸਮਾਧਾਨ ਹੋ ਜਾਏਗਾ ਤੁਝਾ ਹੈ ਜਾ ਤੂੰ ਆਓ ਸੱਤੇ ਹਾਂ ਮਤਾਈ ਮਰ ਗਈ ਫਿਰ ਮੇਰਾ ਮੂੰਹ ਮੈਂ ਮੂਤੇ ਕੀ ਨੂੰ ਚਾਲ ਜਾ ਅਕੀਨੇ ਦੇਖੋ ਸਟੇਜ ਤੇ ਪੜਿਆ ਹੋ ਸਾਰਾ ਸਾਰਾ ਦਿਨ ਤਾਈ ਨਹੀਂ ਬਣਾ ਯਾਰ ਵੇ ਤਾਂ ਸਾਰੇ ਬਕਲੀਏ ਸਾਰੇ ਵੇਚ ਦੀਏ ਫਿਰ ਕੋਈ ਬਾਤ ਨਹੀਂ ਆਈ ਉਹ ਮੇਰਾ ਠੀਕ ਨਹੀਂ ਹੈ ਇਹ ਆਪਣਾ ਭਗਤੀ ਵਾਲਾ ਤੋਂ ਅਲਿਆ ਕੰਮ ਫਲੋ ਔਰ ਇਹਨ ਬਰਗਿਆ ਨੇ ਕਰਵਾ ਦਿਆ ਯਾਰ ਹੋਰੇ ਨੁਕਰੀ ਤੂੰ ਰਮਦਨ ਇਲੈਕਸ਼ਨ ਮਠਾ ਲੈ ਹਾਂ ਹਾਂ 20 ਵਾਲੀ ਪਾਰਟੀ ਹਾਂ 20 ਵਾਲੀ ਪਾਰਟੀ ਖੂਬ ਖਰਚਾ ਕਰੇਗੀ ਹਾਂ ਹਾਂ ਦੇਖੂ ਵਾਲਾ ਕਿਨੂੰ ਹੈ ਆਪਣਾ ਹਲਕਮ ਹੈ तो सुभाष तो ऊपर तो मान ले को है ही नहीं ना 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 क्योंकि भाई साहब हमने एमएलए ऐसा चाहिए जो बनने के बाद नहीं बनने तो पहले काम करे सारे और वो सुभाष है तो मुमकिन है अरे क्या मैं ये कह दा लिए अर सत्ते फांसी वर्गा फंदा नहीं अर खेती वर्गा दंडा नहीं अर सुभाष गांगोली वर्गा बंदा नहीं सोया में रामदन पीछे बदली मैं ਗੱਡੀ ਘੋੜਾ ਬਾਬਤ ਵੀ ਰਾਮਦਰ ਮਾਰੇ ਆ ਏ ਬਈ ਨਾ ਕੋਈ ਬਾਲਕ ਚੀਜ਼ ਕੋ ਘੁੰਮਣੀਆਂ ਫਰੀਆਂ ਐ ਤੇਰੀ ਮਮ ਕੇ ਖਾਤਰ ਰਾਮਦਰ ਮਾਰੇ ਆ ਏ ਬਈ ਮੇਰੇ ਤਾਂ ਪੀਰ ਬਾਈ ਨਹੀਂ ਵੀ ਕੋਈ ਨਾ ਨਹੀਂ ਬੋਲੇ ਬੋਲੀ ਕਿਹੜਾ ਕੋਈ ਕਿਹਨੇ ਬੋਲ ਨਹੀਂ ਬਈ ਇਹ ਕਾਦੀ ਚੀਜ਼ ਕਿ ਤੂੰ ਯਾਰ ਬਣ ਜਾ ਦਿਪਿੰਦਰ ਹੋੜਾ ਜੀ ਕਾਲਵਾ ਮੈਂ ਪਹੁੰਚ ਚੁਕੇ ਹਾਂ ਦਿਪਿੰਦਰ ਹੋੜਾ ਜੀ ਕਾਲਵਾ ਮੈਂ ਪਹੁੰਚ ਚੁਕੇ ਹਾਂ ਤੋ ਮੈਂ ਬਹੁਤ ਅੱਛੀ ਬਾਤ ਹੈ ਪਰ ਤਾਲੀ ਵਜਾਇ ਦਿਓ ਹਾਂ ਉਹਨਾਂ ਆਵਾਜ਼ ਸੁਣਨੀ ਚਾਹੀਏ ਤਾਲੀਆਂ ਕੀ ਖਾ ਪ੍ਰੋਗਰਾਮ ਚੱਲ ਰਿਹਾ ਹੈ ਹਾਂ ਰੰਗਨੀ ਤੂੰ ਭਾਈ ਇਲੈਕਸ਼ਨ ਮੇ ਉਠਨੇ ਲੈ 5000 ਰੁਪਏ ਦੇ ਪਰਚੇ ਵਿੱਚ ਪੁਆਣੀ ਹੈ ਅਜੇ ਬਦਨਾਮੀ ਵੀ ਕਰਵਾਉਗਾ ਅਰੇ ਯਾਰ ਪਰਚਾ ਤਾਂ ਬਦਨਾਮੀ ਨਹੀਂ ਆ ਕਰਦੀ ਤੇਰਾ ਪ੍ਰਚਾਰ ਹੋਵੇਗਾ ਅਜੇ ਪ੍ਰਚਾਰ ਹੋਵੇਗਾ ਅਰੇ ਕੋਈ ਦਿੱਕਤ ਨਹੀਂ ਹਾਂ ਲੈ ਦੇ ਕਿੱਥੇ ਕੋਣ ਹੈ ਮੇਰੀ ਜੜ ਮੈਂ ਲੈਣਾ ਲੈਣਾ ਫੇਰ ਜ਼ਰੂਰ ਖੜਿਆ ਹੋਊਗਾ ਹਾਂ ਫੇਰ ਪਕੜੀ ठीक है रब ने चल वोट मांगन चल ला पहले रिसल तोरे चल इस पीढ़ी गली में आज एरी तई रिसल ले की बू थाम ने नहीं बोलनी सारी वोट कटवा दोगे ओ तूने बाल देखी से डाल लाल करया जणू की कर पे जेर सुकती हो बीच में नहीं बोलेगा अरे तू बोलेगा मैं वोट मांगूंगा ना ठीक है तू वोट मांग मैं नहीं बोल रहा बीच में नहीं बोलना ठीक है कोई नहीं देंदा इनु वोट ठीक है रिसल ले की बू सुने के वो कलसा हो मारे आ मथे पोलियो के रे नाले मारे कोने बालक ले नु के मारे कोन बालक भी मां बना के दिया मन दिए नी मोहम्मद तनु को आगे रामदन इलेक्शन में उठ रिया है हैं हां रामदन हां आओ रामदन इलेक्शन में खड़े हूं और तू इसकी वोट दे निशान पे रखिए मेरा निशान है पलटा देख रामदन देखे वोट तो तेरी दे दूंगी मेरे पास समस्या तो तीन समस्या है मेरा तो समस्या बता दे ऐसा नहीं मेट दूंगा एक मिनट में सारी बेन तो अरे बड़े पास तो समस्या मेट देगा इतनी आने में तू सुभाष का गोली हो जा उस तो बात उस तो ऊपर कोई नहीं हल्का मैं समस्या मेटनी है कैसे डाल की हो भाई शाम रा हल्का दीवाना है कदे सोच तो तेरा कोई नहीं त्रिभुवन का दीवाना है ताई वोट देनी पड़ेगी हां देख लाल रामदन हां समस्या बता दे ओला ले
एक तो तेरा भाई सारी सारी रात घर नहीं बढ़ता। हाँ चलो कोई नहीं, फिर तू तक के खांदा के बगड़े हो हां और समस्या अगर आ के काम करे टायर पंचर की दुकान कर या टायर पंचर की दुकान है। तू के में और दिन ना कौन चलवानी इस तबड़ी उसके एक ढोल टांग दे गल में लक्षण लक्षण दाढ़ी पीट लिया होगा ओ दाढ़ी करा तमन ना क्या ना यार तो थाली थी। अच्छा कोई ना बोल धर्म नीति में बीच में सारी बोट की तुम्हारी जगह यू का क्या था क्या बोल वाला मैं बात नहीं ताई तू नुकरे तू बम्मा के लगे बोट ईशा है मेरा निशान है पलटा पलटे का। हाँ अच्छा हो पलटे का बटन पे लालियो तो तने बहुत बढ़िया कर ना तो पलटे का दर्द तो ना बचेगा। अच्छा तुम ना पलटे का मैं नरम ले रहा हूँ आज जब नरम है स्टील के इतनी चिपकी की माने बाड़ा का लिया था वो इसी आवे है तू भी अच्छा कोई बात नहीं ताई तू नुकरे तेरी बोट आई मैं नहीं मानते ठीक है ना ये लेने क्या मोसा सकते मोसा सत्ता का मैं कितनी बेबे का सुसरा सुन और रिश्तेदार तू भी नोरते पाछाया यू खड़ा है इलेक्शन। हाँ यू इलेक्शन में खड़ा बराबर में फंदू है नूए जीते जगह कि मैं घोषणा करके देखा जीतेगा भी जीतेगा रामदन मामा जीतेगा। कोई बात नहीं रामदन का क्या करे बालक बोलने का ज्ञान है सोचे भाई नू बोलिया करे। हाँ भाई इलेक्शन में जीतेगा चोरसा घोषणा भी दिया करेगा रामदन मैं करूंगा भाई ठीक है मैं करूंगा कर भी क्या करेगा सुनो भाई जितने भी रंडे हैं इनके सारे की विधवा पेंशन बढ़वा दूंगा। अरे रंडा की विधवा पेंशन नहीं हो या कर दिया अरे का चल पे अरे क्या अरे ये भी बेचारी विधवा है पर कैसे मैं मेरा कंत है जितनी भी बुआ का बाड़ा का सारा का पीढ़िया मेरा कंत है। तेरी बहुत पक्की बहन और पक्की है भाई जितनी माता बहन है जितनी जिनका पेट आ रहा सारे का भाई चापा मेरे कांत है भाई सारे बाल का के लत्ते मैं कटवाऊंगा हार गया फिर तो पॉली भूत अकेडमी खुलवाऊंगा। अच्छा हाँ स्पोर्ट्स की अकेडमी यू जीतेगा आजकल खिलाड़ियों का बहुत क्रेज है। सुन भाई एक और क्वेश्चन सुन लो जितने मेरे भाई है सारे के कुर्ते पजामे मेरे पट्टे हुआ की पैंट बुरशित भाई निकल ले अनुग्रह भाई थारे में तो जो हिस्सा बनेगा ठीक से रिश्ता है मेरा और कराए दो मेरा कान हो जा तू ठीक है 500 रुपए दे मैं तेरा कन्या रामधन मेरा साला लग गया बैठ लूंगा इसकी जीतेगा भी जीतेगा रामधन मामा जीतेगा। बाजा कोई नहीं रामधन धन्यवाद सारे भाइया ने तू दो को रंग नहीं अबे ईशा काम न कर लिया जीशा सत्ता ने कर दिया खर्चा भी कराए दिया खाए भी दिया मामा भी बनाए दिया और मेरे बेटे 500 रुपए में पहले लेने के लिए समझदार मानस अपना लगे के कोई दिक्कत वाली बात पक्का पक्का फिर हां भाई तले पिड़िए आगा का जाटा होवे कोना ला सूखा करेगा कोई सेट विच गया तो पिड़िए तले प्लीज मुझे शीशे की तरफ आने दो नोलिया के बाटा जीवना हो जुरे ना है
मगर ताऊ और गिरीश नहीं हो सकती। एक ताऊ मिल के अभी ताऊ अपना वो अंडे फेंका और मैं ताऊ आने के घर बासा तब तक बाबा भी नहीं गया और मैं बाबा भी नहीं गया तो मैं खाना सूट नहीं होया। आगर में चौधरी